ਮੈਨੂੰ ਲੱਗਦਾ ਹੁਣ ਤਾਂ ਨੇ ਮੀਂਹ ਮੂੰਹ ਪੈਂਦੇ ਲੱਗਦੇ, ਕਿਉਂਕਿ ਮੌਸਮ ਖੁੱਲ੍ਹ ਗਿਆ। ਜਿਹੜਾ ਟੈਂਪਰੇਚਰ ਹੁਣ ਮੈਂ ਦੇਖ ਰਿਹਾ ਤਾਂ 29, ਅਤੇ ਕੋਈ ਹੁੰਮਸ ਨਹੀਂ ਹੈਗੀ। ਜਦੋਂ ਹੁੰਮਸ ਹੋ ਜਾਂਦੀ ਹੈ ਫਿਰ ਐਂ ਲੱਗਦਾ ਮੀਂਹ ਪਊਗਾ, ਪਰ ਹੁਣ ਅੱਜ ਕੱਲ੍ਹ ਛਾਂ ਦਾ ਮੌਸਮ ਖੁੱਲ੍ਹਿਆ ਹੋਇਆ, ਧੁੱਪਾਂ ਵੀ ਨਿਕਲੀ ਆ ਤੁਸੀਂ ਦੇਖੋ। ਅਤੇ ਜਿਹੜਾ ਇੱਦਾਂ ਮੌਸਮ ਜਾਂਦਾ ਫਿਰ ਨਹੀਂ ਲੱਗਦਾ ਵੀ ਮੀਂਹ ਮੂੰਹ ਆਊਗਾ ਜਾਊਗਾ, ਜੇ ਆਊਗਾ ਵੀ ਤਾਂ ਮਾੜਾ ਮੋਟਾ ਸੌਣ ਦਾ ਸਰਾਟਾ, ਜਿਹੜਾ ਸੌਣ ਦੇ ਸਰਾਟੇ ਕਹਿ ਦਿੰਦੇ ਆਪਾਂ, ਕਿਤੇ ਪੈਂਦਾ ਕਿਤੇ ਨਹੀਂ ਪੈਂਦਾ ਹੈਗਾ। ਇਸ ਸਾਲ ਬਾਈ ਸਾਡੇ ਵੱਲ ਬਰਸਾਤ ਨਹੀਂ ਪਈ ਹੈਗੀ, ਸੋਕਾ ਪੈ ਗਿਆ। ਸੋਕਾ ਵੀ ਨਹੀਂ ਪਿਆ, ਬਸ ਐਵਰੇਜ ਬਰਸਾਤ ਜਿਹਨੂੰ ਕਹਿੰਦੇ ਆਪਾਂ ਵੀ ਐਵਰੇਜ ਬਰਸਾਤ ਪਈ ਹੈ। ਨਹੀਂ ਤਾਂ ਇੱਧਰੋਂ ਪਾਣੀ ਐਂ ਟੱਪਦਾ ਇੱਥੋਂ ਨਿਕਲਦਾ, ਫਿਰ ਉਹ ਜਾ ਕੇ ਇਕੱਠਾ ਹੋ ਕੇ ਇੱਧਰ ਨੂੰ ਹੋ ਕੇ ਐਂ ਦੀ ਨਿਕਲ, ਫਿਰ ਸੜਕ ਦੇ ਵਿੱਚ ਨੂੰ ਹੋ ਕੇ ਪਰਲੇ ਪਾਸੇ ਉਹ ਦਰਿਆ ਲੰਘ ਜਾਂਦਾ। ਅਤੇ ਮੈਂ ਬੂਲਾਂ ਸਰਵੇ ਕਰਨ ਆਇਆ ਹੋਇਆ, ਵਿੱਚ ਵਿੱਚ ਮੈਂ ਦੇਖਿਆ ਹੈ ਵਿੱਚ ਵਿੱਚ ਯਾਰ ਸਾਡੇ ਬੂਟੇ ਆਦਾ ਕਿੰਨਾ ਮੋਟਾ ਹੋ ਗਿਆ। ਹੈਂ ਆਖੇ ਖਿੱਧਰ ਹੈ ਬੂਟਾ ਹੈ ਤੇਰੇ ਸਦਕੇ, ਇਹੋ ਜਿਹੇ ਹੁੰਦੇ ਨਾ ਸਾਰੇ ਘੈਂਟ ਲੱਗਣਾ। ਤਾਂ ਚਾਰੇ ਪਾਸੇ ਬਹੁਤ ਹਰਿਆ ਭਰਿਆ ਹੋਇਆ ਪਿਆ ਨਾ, ਅਤੇ ਇੱਕ ਫੋਟੋ ਖਿੱਚ ਲੈਂਦੇ ਆਏ ਦੀ ਮੋਟਰ ਦੀ। ਉੱਧਰ ਬੰਤ ਬਾਈ ਉੱਥੇ ਖੜਾ ਕੇ, ਉਹ ਬੰਤ ਬਾਈ ਆ ਗਿਆ ਉੱਧਰ, ਜਿਹੜੀ ਇੱਕ ਵਾਰੀ ਮੋਟਰ ਪਰ ਹਾਜ਼ਰੀ ਪੱਕੀ ਲਵਾ ਕੇ ਆਉਂਦਾ ਆਪਣੀ, ਇੱਥੇ ਖੜਾ ਆਉਂਦਾ। ਉਹ ਕਹਿੰਦਾ ਰਸਤਾ ਗਿੱਲਾ ਹੋਇਆ ਹੋਇਆ ਨਾ, ਫਿਰ ਗੱਬੇ ਨੂੰ ਜਿੱਥੇ ਨੂੰ ਗੱਡੀ ਲੰਘਦੀ ਟਾਇਰ ਉੱਥੇ ਉਹ ਹੋਈ ਜਾਂਦੇ, ਕੀ ਕਹਿੰਦੇ ਹੁੰਦੇ ਆਪਣੇ, ਡੂਣ ਪਈ ਜਾਂਦੇ ਆ। ਚੱਲ ਹੋਰ ਦੇਖ ਕਿਆ ਹੋ ਗਿਆ। ਅਤੇ ਸੰਘਾਏ ਤਾਂ ਮੈਂ ਬੂਟੇ ਯਾਰ, ਹੈਂ ਕਮਾਲ ਹੋ ਗਈ ਯਾਰ, ਵਿੱਚ ਵਿੱਚ ਤਾਂ ਘੈਂਟ ਬੂਟੇ ਹੋਏ ਹੋਏ ਆਪਣੇ ਯਾਰ। ਜਿਹੜੀ ਆਹ ਵਰਾਇਟੀ ਨਾ ਬਾਅਦ 'ਚ ਆਈ ਹੋਈ ਆ, ਉਹ ਜਿਹੜੀ ਉਹ ਪਰਲੀ ਲੈਣ ਉਹ ਵਰਾਇਟੀ ਬਾਅਦ 'ਚ ਆਈ ਹੋਈ ਆ। ਬੂਟਿਆਂ ਨੂੰ ਜਾਨ ਪੈਂਦੀ ਜਾਂਦੀ ਆ। ਹੁਣ ਬੰਤ ਬਾਈ ਕੋਲ ਚੱਲਦੇ ਹਾਂ, ਗੱਲਾਂ ਬਾਤਾਂ ਮਾਰਦੇ ਹਾਂ, ਬੰਤ ਬਾਈ ਦੇ ਪੁੱਛਦੇ ਹਾਂ ਵੀ ਮੌਸਮ ਖੁੱਲ੍ਹ ਗਿਆ, ਮੀਂਹ ਪੈਣਗੇ ਕਿ ਨਹੀਂ ਪੈਣਗੇ, ਗੱਡੀਆਂ ਫਸ ਗਈਆਂ ਉੱਧਰ ਤੇ ਗੱਡੀ ਆ ਗਈ ਇੱਧਰ ਤੇ ਗੱਡੀ ਆ ਗਈ, ਕੀ ਚੱਕਰ ਹੋਇਆ ਇਹ, ਸਾਹਮਣੇ ਤੇ ਗੱਡੀ ਆ ਗਈ, ਕੱਢ ਲਾ ਵੀ ਕੱਢ ਲਾ ਆਪਣੀ ਗੱਡੀ, ਗੱਡੀ ਦੂਜੀ ਸਾਈਡ ਕਰਤੀ। ਮੀਂਹ ਪਊਗਾ ਕਿ ਨਹੀਂ ਹੁਣ ਬਾਈ, ਨਹੀਂ ਇਹ ਜੇ ਹੁੰਮਸ ਫਿਰ ਚਾਂਸ ਹੁੰਦਾ ਮੀਂਹ ਪੈਣ ਦੇ, ਧੁੱਪ ਦਾ ਮੈਨੂੰ ਤਾਂ ਨਹੀਂ ਲੱਗਦਾ। ਹੈਂ ਮੈਂ ਟੈਂਪਰੇਚਰ ਵੀ 30 ਹੋਇਆ ਹੋਇਆ ਹੁਣ ਤਾਂ, ਹੋਰ ਵੀ ਚੰਦ ਤੰਗ ਪਈ ਜਾਂਦਾ ਨਾ। ਲੈ ਮਤਲਬ ਕੱਢਾਂ ਗੇੜਾ ਦੇਖਾਂ ਜਾ ਕੇ ਆਪਣੀ ਬਾਗਬਾਨੀ। ਅਤੇ ਲੱਗਦਾ ਨਹੀਂ ਬਾਈ, ਮੈਨੂੰ ਤਾਂ ਨਹੀਂ ਲੱਗਦਾ ਵੀ ਹੁਣ ਮੀਂਹ ਪਊਗਾ। ਬੰਤ ਬਾਈ ਕਹਿੰਦੇ ਵੀ ਜਿਹੜੀ ਧੁੱਪਾਂ ਨਿਕਲੀ ਤਾਂ ਮੀਂਹ ਆਊਗਾ, ਬਾਕੀ ਦੇਖਦੇ ਸ਼ਾਮ ਤੱਕ। ਹਲੇ ਮੈਂ ਜਿਹੜਾ ਟੈਂਪਰੇਚਰ ਦੇਖਿਆ ਹੁਣ 29 ਆਇਆ ਹੋਇਆ ਬਾਈ, ਹੁਣ ਦਾ ਜਿਹੜਾ ਵੈਦਰ ਆਇਆ ਹੋਇਆ ਹੁਣ ਤਾਂ 29 ਆਇਆ ਹੋਇਆ। ਦੇਖੋ ਬਾਕੀ ਤੁਸੀਂ ਦੱਸਿਓ ਭਾਈ, ਜਿਹੜੇ ਵੀਡੀਓ ਦੇਖਦੇ ਆ ਕਮੈਂਟਾਂ ਦੇ ਵਿੱਚ, ਮੀਂਹ ਪਊ ਕਿ ਨਹੀਂ ਪਊ, ਉਹ ਕਦੋਂ ਚੱਲਿਆ। ਕੱਲ੍ਹ ਮੈਂ ਨਾ ਮਾਲੀ ਨੂੰ ਫੋਨ ਕਰਿਆ ਹੋਇਆ ਆਪਣੇ, ਜਿਹੜਾ ਇੱਥੇ ਆ ਬਾਗਬਾਨੀ ਮੇਰੀ ਲੱਗ ਗਈ ਹੈ ਨਾ ਮਾਲੀ, ਆਹ ਸਾਰੀ ਜਿੰਨੀ ਵੀ ਲੱਗੀ ਹੋਈ ਇੱਧਰ ਆਹ,
ਜਿੰਨੀ ਵੀ ਬਾਗਬਾਨੀ ਆਹ ਨਾ ਲਾਏ ਹੋਏ ਇੱਥੇ ਨਾ, ਇਹ ਉਹ ਬੂਟਾ ਸੁੱਕ ਗਿਆ ਉਹਦਾ, ਅਤੇ ਇੱਕ ਇੱਥੇ ਲੱਗਿਆ ਤਾਂ ਆਹ ਸੁੱਕ ਗਿਆ, ਇੱਕ ਆਹ ਸੁੱਕ ਗਿਆ ਇੱਥੇ, ਉਹ ਹੁਣ ਆਊਗਾ ਉਹਨੂੰ ਮੈਂ ਪੁੱਛਿਆ ਤਾਂ ਮੈਂ ਕਿਹਾ ਵੀ ਯਾਰ ਵੀ ਜਿਹੜੇ ਬੇਲਾਂ ਪਰ ਨਾ ਹੁਣ ਸਾਡੇ ਮੈਂ ਦਿਖਾਉਂਦਾ ਜਿਹੜੇ ਬੇਲਾਂ 'ਤੇ ਨਾ ਲੱਗਦਾ ਵੀ ਸੁੱਕ ਜਾਂਦਾ, ਸਾਨੂੰ ਦਿਖਾਉਂਦਾ ਮੈਂ ਇੱਧਰ ਜਾ ਕੇ ਵੀ ਜਿਹੜੇ ਇੱਥੇ ਜਿੰਨਾ ਵੀ ਫਲ ਲੱਗਦਾ ਕਿ ਸੁੱਕ ਜਾਂਦਾ ਇਹ ਜਿੰਨਾ ਵੀ ਫਲ ਆ ਹਾਂ, ਕੱਲ੍ਹ ਮੈਂ ਦੇਖ ਰਿਹਾ ਇੱਥੇ ਖੜ੍ਹਾ ਮੈਂ, ਆਹ ਦਿਖਾਉਂਦਾ ਤੁਹਾਨੂੰ ਮੈਂ ਵੀ ਆਹ ਜਿਹੜੀ ਕਿਹੜਾ ਕਿਹੜਾ ਜਿਹਾ ਹੋ ਜਾਂਦਾ ਇਹ, ਜਿੱਦਾਂ ਹੁਣ ਲੱਗਿਆ ਇਹਨੇ ਅੰਦਰ ਮੂੰਹ ਜਿਹਾ ਮੋੜ ਲਿਆ, ਆਹ ਜਿੱਦਾਂ ਹੁਣ ਆਹ ਵੀ ਮੂੰਹ ਜਿਹਾ ਮੋੜ ਲਿਆ ਇਹਨੇ, ਆਹ ਵੀ ਵਾ ਗੱਠ ਜਿਹੀ ਬਣ ਗਈ, ਫਲ ਤਾਂ ਬਹੁਤ ਆਇਆ ਹੋਇਆ ਪਰ ਜਿੱਦਾਂ ਚਾਹੀਦਾ ਉੱਦਾਂ ਹੁਣ ਨਹੀਂ ਤਾਂ ਮੈਂ ਕਹਿੰਦਾ ਮੈਂ ਸਾਰੇ ਪਿੰਡ ਨੂੰ ਰਜਾ ਦਵਾਂ ਇੱਥੇ ਤਾਂ, ਵੀ ਇੰਨੀ ਘੀਆ ਲੱਗ ਰਹੀ ਆ, ਕੋਈ 100 ਪਿੱਛੇ ਦੇ ਇੱਕ ਬਣ ਲੱਗਦੀ ਜਾ ਕੇ, ਤਾਂ ਉਹਨੇ ਕਿਹਾ ਵੀ ਜਿਹੜੀ ਕਹਿੰਦੇ ਜੜ ਦੇ ਵਿੱਚ ਨਾ ਕੋਈ ਚੀਜ਼ ਪੈਣੀ ਇੱਥੇ ਜੜ ਦੇ ਵਿੱਚ, ਮੈਂ ਜੜਾਂ ਦੇਖੂੰਗਾ ਜੜਾਂ ਦੇ ਵਿੱਚ ਪੱਟ ਕੇ ਆਲੇ ਦੁਆਲੇ ਵੀ ਇਹਦੇ ਵਿੱਚ ਤਾਂ ਨਹੀਂ ਕੋਈ ਨੁਕਸਾਨ ਹੋਏਗਾ ਚੀਜ਼, ਇਹ ਦੇਖੂੰਗਾ ਹੁਣ ਕਹਿੰਦਾ ਆ ਕੇ, ਬਾਕੀ ਦੇਖਦੇ ਹਾਂ ਹੁਣ। ਇੱਕ ਇਹਦੀ ਵੀ ਸ਼ੱਕ ਪੈਂਦੀ ਇੱਥੇ ਨਾ ਉਹ ਲੱਗਿਆ ਹੋਇਆ ਪਪੀਤੇ ਦਾ ਬੂਟਾ, ਹਾ ਆਹ ਪਪੀਤੇ ਦਾ ਬੂਟਾ, ਇਹ ਵੀ ਕਹਿੰਦੇ ਜੇ ਦੋ ਹੁਣ ਤਾਂ ਹੁੰਦੇ ਮੇਲ ਫੀਮੇਲ ਇਹਨਾਂ ਦਾ ਵੀ ਚੱਕਰ ਹੁੰਦਾ ਕੋਈ, ਬਾਕੀ ਦੇਖਦੇ ਹਾਂ ਬਾਈ ਹੁਣ ਕੀ ਬਣਦਾ। ਬਾਕੀ ਆਹ ਭਿੰਡੀ ਜੀ ਇੱਥੇ ਜੀ ਖੜ੍ਹ ਗਈ ਯਾਰ ਮੇਰੀ, ਅਤੇ ਵੱਧ ਰਹੀ ਹੈ ਤਾਂ ਉਹ ਤਾਂ ਖਤਮ ਜਿਹੀ ਹੋ ਗਈਆਂ ਬੇਲਾਂ ਬਸ, ਇੱਧਰ ਤਰ੍ਹਾਂ ਦੀ ਲੱਗੀ ਹੋਈ ਤਰ ਤਰ੍ਹਾਂ ਦੀ ਵੀ ਗਲੀ ਜਾਂਦੇ ਆ, ਅਤੇ ਆਹ ਬੇਲਾਂ ਆਪਣੀਆਂ ਹੋ ਗਈਆਂ ਹੁਣ, ਇਹਨੂੰ ਲੱਗੂ ਕੋਈ ਫਲਕ ਨਹੀਂ, ਇਹ ਹੈਗੇ ਜੀ ਆਪਣੇ ਕੀ ਕਹਿੰਦੇ ਥੱਲੇ ਨੂੰ ਕਹਿੰਦਾ ਥੱਲੇ ਨੂੰ ਜਾਓ ਜੀ, ਐਂ ਤਾਂ ਚੱਲ ਐਂ ਤਾਂ ਟੇਢਾ ਟੇਢਾ ਹੋ ਕੇ ਚੱਲ ਇੱਧਰ ਨੂੰ ਲੰਬਾ ਹੀ ਲੰਬਾ ਹੋ ਗਿਆ, ਕਿਸੇ ਨੇ ਮੇਰੀ ਇੱਥੇ ਰੱਸੀ ਤੋੜਤੀ ਆ ਲੱਗਦਾ, ਕੋਠੇ ਪਰ ਚੱਲੇ ਕੋਠੇ ਪਰ ਤਾਂ ਦਿਖਾਉਂਦਾ ਜੀ ਤੁਹਾਨੂੰ ਚਾਰੇ ਪਾਸੇ ਦਾ ਵਿਊ, ਕੀ ਹੋ ਗਿਆ ਮੈਂ ਸ਼੍ਰੀ ਗੱਲ ਕਰਦਾ ਵੀ ਜਿਵੇਂ ਹੁਣ ਇਹ ਬੰਦੇ ਸੰਘਰਸ਼ ਕਰਦੇ ਆਪਣੇ ਓਲੰਪਿਕ ਦੇ ਵਿੱਚ ਜਵਾਕ ਜੋ ਖੇਡਦੇ ਆ, ਹਾਂ ਵੀ ਇਹਨਾਂ ਨੂੰ ਜਿੰਨੀ ਦੇਰ ਸੰਘਰਸ਼ ਕਰਦੇ ਕੋਈ ਨਹੀਂ ਜਾਣਦਾ, ਜਦੋਂ ਇੱਕ ਮੈਡਲ ਹੁਣ ਮਾਰ ਲਿਆ ਮੈਡਲ ਤੋਂ ਬਾਅਦ ਐਂ ਦੇਖ ਲੈ ਕੱਲੇ ਕੱਲੇ ਜਵਾਕ ਦੇ ਨਾਂ ਤੇ, ਮਤਲਬ ਇਹਨਾਂ ਦੇ ਕੱਲੇ ਕੱਲੇ ਦਾ ਨਾਂ, ਜਿਵੇਂ ਹੁਣ ਕੁੜੀ ਦਾ ਨਾਂ ਆਪਾਂ ਜਾਣਦੇ ਮੈਨੂੰ ਭਾਕਰ, ਮੁੰਡੇ ਦਾ ਨਾਂ ਜਾਣਦੇ ਆ, ਆਹ ਤੀਆ ਇੱਕ ਆਇਆ ਸਮੋਕਰ ਨੇ ਪੁੱਛ ਲਿਆ ਪਤਾ ਨੀ ਕੀ ਇਹਨੇ, ਉਹ ਜਿਹੜਾ ਮੁੰਡਾ ਸਰਦਾਰ ਉਹਦੀ ਤਾਂ ਕਿੰਨੀ ਮਹਿਮਾ ਹੋਈ ਆ, ਬੜੀ ਬੜੀ ਮੇਰਾ ਸਰਦਾਰ ਸਿੱਧਾ ਜਿਹਾ ਪਰਨਾ ਬੰਨਿਆ ਜਿਹੜਾ ਸੋਹਣਾ ਬੜਾ ਲੱਗਿਆ, ਤੇ ਭਾਈ ਵੀ ਇਹ ਗੱਲ ਕਰਦਾ ਫਿਰ ਹੁਣ ਤੋਂ ਹੁਣ ਤੋਂ ਬਾਅਦ ਦੀ ਗੱਲ, ਹੁਣ ਤਾਂ ਕੋਈ ਨੀ ਜਾਣਦਾ ਹੁਣ ਤੋਂ ਬਾਅਦ ਕੀ, ਕੱਲਾ ਕੱਲਾ ਚੈਨਲ ਜੀ ਹਮਕੋ ਸਾਨੂੰ ਮੀਟਿੰਗ ਦੇ ਦੋ ਜੀ ਸਾਨੂੰ ਇੰਟਰਵਿਊ ਕਰ ਲਓ ਜੀ, ਘਰਾਂ ਜਾਣਗੇ ਘਰਾਂ ਲੱਗ ਜਾਣਾ, ਪਹਿਲਾਂ ਤਾਂ ਮੰਤਰੀਆਂ ਨੂੰ ਮਿਲਣਾ ਜੀ, ਅੱਜ ਤੁਹਾਡੀ ਪੀਐਮ ਨਾਲ, ਅੱਜ ਤੁਹਾਡੀ ਸੀਐਮ ਨਾਲ, ਅੱਜ ਅੱਜ ਫਲਾਣੇ ਨਾਲ, ਧਮਕਾਣੇ ਪਹਿਲਾਂ ਕਿਸੇ ਨੂੰ ਪੁੱਛਣਾ ਨੀ, ਇਹ ਰਾਤੋਂ ਇਹ ਪਹਿਲਾਂ ਖਿਨਵੇਂ ਨੀ ਚ ਕੀਟ ਕੋ ਰਾਜ ਇੱਕੋ, ਮਤਲਬ ਇੱਕੋ ਦਮ ਚ ਹੈ, ਚੱਲ ਉੱਪਰ ਲਾਤੇ ਤਾਜ ਸਾਰੀ ਸਾਰੀਆਂ ਪਾਵਰਾਂ ਦੇ ਦਿੰਦਾ ਮਹਾਰਾਜ ਇੱਕੋ ਵਾਰ ਚ, ਸਾਹਿਬ ਜੀ ਆ ਗਏ ਤੁਸੀਂ, ਇਹ ਇਕੱਲੇ ਹੀ ਆਇਆ ਅੱਜ, ਇਹ ਮੇਰੇ ਨਾਲ ਆਇਆ ਮਾਂ ਜੋ ਇਹ, ਹਾਂ ਦੇਖੀ ਕਿਤੇ ਟੂਟੇ ਮਰੰਡੇ ਨਾਲੇ ਜੀ ਇਹਦੀ, ਨਹੀਂ ਨਹੀਂ ਮੈਂ ਉੱਪਰ ਦਿਖਾਵਾਂ ਇੱਕ ਵਾਰੀ ਉੱਪਰ ਤੇ ਮੋਟਰ ਉੱਪਰ ਤੇ, ਕੋਠੇ ਪਰ ਆ ਗਿਆ ਹੁਣ ਮੈਂ,
ਬੱਲੇ 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 ਜਾਲੇ ਬਹੁਤ ਪੈ ਗਏ ਇਹਦਾ ਤਾਂ ਕੱਟਣੀ ਪੈਣੀ ਫਿਰ ਭਾਈ ਟਾਈਮ ਦੇ ਨਾਲ ਸਾਰਾ ਕੁਝ ਕੱਟ ਕੇ ਬਣਾਉਣਾ ਪੈਣਾ ਵੈਸੇ ਲੱਗੇ ਸੀ ਇਹਦੇ ਵਿੱਚ ਡਰ ਲੱਗਦਾ ਇੱਥੇ ਨਾ ਤਾਰਾਂ ਤੂਰਾਂ ਕੋਈ ਨੰਗੀ ਹੋਵੇ ਯਾਰ ਲੈ ਜੇ ਕੋਠੇ ਉੱਪਰ ਦਾ ਵਿਊ ਹੈ ਸਾਡਾ ਮੋਟਰ ਦੇ ਚਾਰੇ ਪਾਸੇ ਦਾ ਦੇਖੋ ਕਿੰਨਾ ਪਿਆਰਾ ਲੱਗਦਾ ਚਾਰੇ ਪਾਸੇ ਜਿੱਦਾਂ ਜੰਗਲ 'ਚ ਖੜ੍ਹੇ ਹੁੰਦੇ ਆ ਇੱਧਰ ਨੂੰ ਦੇਖੋ ਹਰਿਆਲੀ ਇੱਧਰ ਨੂੰ ਦੇਖੋ ਹਰਿਆਲੀ ਚਾਰੇ ਪਾਸੇ ਹਰਿਆਲੀ ਹਰਿਆਲੀ ਇਹ ਨਾ ਜਦੋਂ ਬਰਸਾਤਾਂ ਤੋਂ ਬਾਅਦ ਇਹ ਜਿਹੜਾ ਮਨਮੋਹਕ ਨਜ਼ਾਰਾ ਹੁੰਦਾ ਅੱਖਾਂ 'ਚ ਕੈਦ ਕਰਨਾ ਵਾ ਕਿੰਨਾ ਵਧੀਆ ਲੱਗਦਾ ਇੱਥੇ ਬੈਠ ਕੇ ਜੇ ਹੁਣ ਇੱਥੇ ਬੈਠੇ ਹੋਈ ਆ ਉਹ ਜਿੱਦਾਂ ਹੁਣ ਥੱਲੇ ਹੀ ਬੈਠੇ ਉੱਥੇ ਤਾਂ ਉਹੀ ਆ ਚਾਰੇ ਪਾਸੇ ਹਰੇ ਦੇ ਪਰ ਇੱਥੇ ਜਿਹੜਾ ਵਿਊ ਦਿਖਦਾ ਨਾ ਆਹ ਕਿੰਨਾ ਘੈਂਟ ਲੱਗ ਰਿਹਾ ਮਹੰਤ ਬਾਈ ਕਹਿੰਦਾ ਜਿਹੜੀ ਹੁਣ ਧੁੱਪਾਂ ਨੇੜੇ ਦਾ ਮੀਂਹ ਪਊ ਹੁਣ ਤੁਸੀਂ ਵੀ ਕਮੈਂਟਾਂ 'ਚ ਦੱਸਿਓ ਜਿਹੜੀ ਤੇਜ਼ ਧੁੱਪਾਂ ਨੇੜੇ ਦਾ ਮੀਂਹ ਆਊਗਾ ਜਾਂ ਨਹੀਂ ਆਊਗਾ ਮੈਂ ਸੋਚਦਾ ਹੁੰਮਸ ਸੀ ਹੋਈ ਉਹਦੇ ਨਾਲ ਜ਼ਿਆਦਾ ਬੱਦਲ ਖਿੱਚਦੇ ਹੁੰਦੇ ਵੀ ਇੱਕ ਵਾਰੀ ਮੌਸਮ ਰੁਕਦਾ ਅਤੇ ਫਿਰ ਆ ਜਾਂਦਾ ਮੈਨੂੰ ਲੱਗਦਾ ਸਰਬਜੀਤ ਸਿੰਘ ਆ ਰਹੇ ਨੇ ਸਿੱਧਾ ਲੰਘ ਗਿਆ ਅੱਧ ਨੂੰ ਆ ਰਿਹਾ ਇਹ ਲੱਗਦਾ ਮੈਨੂੰ ਲੈ ਕੇ ਜਾਊਗਾ ਇਹ ਹਾਂਜੀ ਸਾਹਿਬ ਪੰਤਾਲੀ ਸੌ ਦੀ ਇੱਕ ਗੱਡੀ ਜਾਂਦੀ ਇਹ ਫਿਰ ਤਾਂ ਮੈਂ ਉਹਦੇ ਨਾਲ ਤੁਸੀਂ ਠੀਕ ਹੈ ਮੈਂ ਕਹਿੰਦਾ ਜੀਰੀ ਨਾਲ ਬਾਜਰਾ ਹੀ ਠੀਕ ਹੈ ਫਿਰ ਇੱਕ ਗੱਡੀ 4500 ਦੀ ਚਲੀ ਜਾਂਦੀ ਹੈ 12 ਗੱਡੀਆਂ ਗਈਆਂ ਸਿੱਧੇ 45,000 ਦਾ ਇਹ 45,000 ਦਾ ਬਾਜਰਾ ਹੋ ਗਿਆ ਹਾਂ ਖਰਚਾ ਪਾਣੀ ਕੱਢ ਕੇ ਕਿੱਲੇ ਵਿੱਚ ਤੇ 45,000 ਦਾ ਬਾਜਰਾ ਹੋ ਗਿਆ ਇਸ ਵਾਰ ਮੈਂ ਲਾਉਂਦੀ ਰਹਿ ਗਿਆ ਮੈਂ ਛੱਡ ਯਾਰ ਕਿਆ ਬੀਜੂੰਗੇ ਕਿਆ ਕਰੂੰਗੇ ਹੁਣ ਅਗਲੇ ਸਾਲ ਦੇਖਦੇ ਹਾਂ ਉਹ ਐਂ ਕਰੀ ਇਹ ਬਾਈ ਆਵੇ ਵੱਢ ਕੇ ਆਪੇ ਵੇਚ ਕੇ ਹੈ ਹੈਂ ਸਰਬਜੀਤ ਬਾਈ ਦਾ ਨੰਬਰ ਲੈ ਲਈ ਨੰਬਰ ਲੈ ਲਈ ਇਹੀ ਆਪੇ ਵੱਢ ਲਈ ਆਪੇ ਵੇਚਦਾ ਹੈ ਅੱਛਾ ਡਰਾਈਵਰ ਆ ਬਾਈ ਟਾਲ ਵਾਲੇ ਦੀਆਂ ਗੱਡੀਆਂ ਆਪਣੀਆਂ ਟਾਲ ਵਾਲਾ ਆਪੇ ਲੈ ਜਾਂਦਾ ਬਸ ਤੁਸੀਂ ਕੰਡਾ ਕਰਾਉਣਾ ਹੈ ਹਾਂ ਬਸ ਠੀਕ ਹੈ ਵੀ ਗੱਲ ਸਹੀ ਹੈ ਇਹ ਹੈ ਬਾਈ ਖੇਤੀ ਲਾਹੇ ਬੰਨ ਧੰਨਾ ਹੁਣ ਇੱਧਰ ਹੁਣ ਜੇ ਬਰਸਾਤ ਜਿੱਥੇ ਹੁਣ ਇਹ ਖੇਤਾਂ ਵਾਲਿਆਂ ਨੂੰ ਜਿਹੜਾ ਉਹ ਸਾਹਮਣੇ ਵਾਲੇ ਖੇਤ ਹੈ ਨਾ ਉਹਨਾਂ ਨੂੰ ਪਾਣੀ ਪੂਰਾ ਕਰਨਾ ਔਖਾ ਹੋ ਜਾਣਾ ਫਿਰ ਜਨਾਬ ਇੱਕ ਵਾਰ ਮੀਂਹ ਪਵੇ ਵੀ ਵੱਟਾਂ ਪਰ ਦੀ ਪਾਣੀ ਟੱਪ ਜੇ ਫਿਰ ਪਾਣੀ ਸਾਰਾ ਪੂਰਾ ਹੋ ਜਾਂਦਾ ਨਹੀਂ ਤਾਂ ਹੁਣ ਮੋਟਰਾਂ ਬਹੁਤ ਚੱਲਣਗੀਆਂ ਡਾਕ ਵੀ ਲੱਗ ਸਕਦੀ ਜਿਹਨੂੰ ਕਹਿੰਦੇ ਹੁੰਦੇ ਨਾ ਸੋਕਾ ਵੀ ਪੈ ਸਕਦਾ ਹਾਲੇ ਹਾਲੇ ਵੀ ਰੱਬ ਨੂੰ ਕਹਿੰਦੇ ਇੱਕ ਵਾਰ ਮੀਂਹ ਪਾ ਦੇ ਐਂ ਪੂਰਾ ਘੈਂਟ ਜਿਹਾ ਰੱਖ ਕੇ ਵੱਟਾਂ ਪਰ ਦੀ ਪਾਣੀ ਟਪਾ ਦੇ ਹੁਣ ਮੈਂ ਸਰਵੇ ਕਰਾਂ ਆਹ ਮੇਰੇ ਪੂਲਰ ਇੱਧਰ ਇਹਨਾਂ ਦੇ ਆ ਇਹਨਾਂ ਦੇ ਥੋੜ੍ਹੇ ਜ਼ਿਆਦਾ ਉੱਚੇ ਹੋਏ ਮੇਰੇ ਵਾਲੇ ਥੋੜ੍ਹੇ ਘੱਟ ਹਾਲੇ ਇਹ ਵੀ ਇੱਕ ਤਜਰਬਾ ਹੀ ਹੈ ਨਾ ਵਿੱਚ ਵਿੱਚ ਹੁਣ ਜਿਹੜੇ ਮੈਂ ਪਹਿਲਾਂ ਦੇਖ ਕੇ ਵਿੱਚ ਵਿੱਚ ਆਪਣੇ ਤਕੜੇ ਹੈ ਨਾ
ਹੁਣ ਥੋੜ੍ਹਾ ਜਿਹਾ ਨਾ ਲਿਆ ਕੇ ਟਰੈਕਟਰ ਇੱਕ ਵਾਰੀ ਵਿੱਚ ਕਰ ਦਈਏ, ਇਹ 45-50 ਹਜ਼ਾਰ ਦੀ ਹੋ ਗਿਆ ਇੱਕ ਗੱਡੀ ਵਿੱਚ ਖਰਚਾ ਪਾਣੀ ਕੱਢ ਕੇ ਸਾਰਾ ਕੁਝ ਕਰਕੇ 4500 ਦਾ ਇੱਕ ਵਿਕ ਜਾਂਦਾ, ਫਿਰ ਉਹਨੇ ਵਿੱਚ ਲੇਬਰ ਵੀ ਕੱਢਣੀ ਹੁੰਦੀ ਹੈ, ਕਿਉਂਕਿ ਵੀ 40,000-45,000 ਤਾਂ ਹੋਏ ਗਿਆ, 12 ਗੱਡੀਆਂ ਗਈਆਂ, ਇੱਕ ਹੋ ਗਿਆ 9,000 ਇੱਕ ਲਾ ਲਓ ਵਿੱਚ 55-10-15,000 ਖਰਚਾ ਕੱਢ ਲਾ, ਬਾਕੀ ਪਿੱਛੇ ਬੱਚੇ ਤਾਂ ਆਪੇ ਵੱਢ ਲੈਣ ਆਪੇ ਵੇਚ ਦਿੰਦੇ ਆ, ਇਹ ਹੁੰਦੀ ਤਾਂ ਕਿਆ ਕਹਿੰਦਾ ਖਿੱਚ ਧੂ ਤਾਂ ਹੁੰਦੀ ਥੋੜ੍ਹੀ ਜੀ, ਪਰ ਕੰਮ ਚੱਲ ਪੈਂਦਾ, ਇਹਦਾ ਮਤਲਬ ਕੰਮ ਬਣ ਸਕਦਾ ਵੀ ਕਿੱਲੇ ਵਿੱਚੋਂ ਬੰਦਾ 1-1.5 ਲੱਖ ਦੀ ਫਸਲ ਕੱਢ ਸਕਦਾ ਆਰਾਮ ਦੇ ਨਾਲ, ਮੈਂ ਕੱਢੀ ਆ ਨਾ ਜਿਹੜਾ ਐਵਰੇਜ ਲਾਈ ਮੈਂ, ਅਤੇ ਜਿਹਦੇ ਨਾਲ ਫਿਰ ਇਹ ਲਾਹੇਵੰਦ ਬੰਦਾ, ਫਿਰ ਇਹ ਹੋ ਜਾਂਦਾ ਨਾ ਵੀ ਜਿੱਦਾਂ ਹੁਣ ਇੱਧਰ ਨੂੰ ਪਤਾ ਲੱਗਾ ਵੀ ਬਾਜਰੇ 'ਤੇ ਇੰਨੇ ਪੈਸੇ ਹੈਗੇ, ਪਰ ਸਾਡੇ ਸਾਰਿਆਂ ਨੇ ਬਾਜਰਾ ਬੀਜ ਦੇਣਾ, ਉਹ ਫਿਰ ਉਹਦਾ ਮਾਰਕੀਟ 'ਚ ਰੇਟ ਡਾਊਨ ਆ ਜਾਂਦਾ, ਇੱਦਾਂ ਹੋ ਜਾਂਦਾ, ਇੱਕ ਮੁੱਲ ਨਹੀਂ ਨਾ ਹੈਗਾ ਬਾਜਰੇ ਦਾ ਵੀ ਜਿੱਦਾਂ ਹੁਣ ਇਹਨਾਂ ਦਾ ਜੀਰੀ ਦਾ ਇੱਕ ਰੇਟ ਬੰਨਿਆ ਹੋਇਆ ਵੀ 2200-2300 ਮਿਲਣਾ ਹੀ ਮਿਲਣਾ, ਉਹ ਹੁਣ ਇਹ ਬਾਜਰਾ ਇੱਕ ਰੇਟ ਨਹੀਂ ਬੰਨਿਆ ਹੋਇਆ ਹੈਗਾ, ਜੇ ਦੇਖਿਆ ਵੀ ਜ਼ਿਆਦਾ ਬੰਪਰ ਫਸਲ ਹੋ ਗਈ ਅਤੇ ਫਿਰ ਉਹਦਾ ਰੇਟ ਘੱਟ ਜਾਣਾ। ਚਲੋ ਅੱਜ ਦੀ ਆਪਾਂ ਲਾਈਵ ਵੀਡੀਓ ਬੰਦ ਕਰਦੇ ਹਾਂ ਜੀ, ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਵੀਡੀਓ ਦੇਖਣ ਵਾਸਤੇ, ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ, ਧੰਨਵਾਦ।